ਉਹ ਮੇਰੀ ਧੀ ਵੀ ਨਹੀਂ ਚਾਹੀਦੀ ਜੇ ਮੈਨੂੰ ਹੋਰ ਕੱਖ ਨਹੀਂ ਚਾਹੀਦਾ ਮੇਰੇ ਸਾਹਮਣੇ ਇਹਨਾਂ ਨੂੰ ਕੋ ਕਰੇ ਮੇਰੀ ਗੁੜੀਆ ਇਹ ਮੇਰੇ ਮਤਲਬ ਉਨੀ ਨਹੀਂ ਮੈਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆਉਣ ਡਈ ਮੇਰੀ ਨੋਚ ਤੋਂ ਘਰੋਂ ਸੌਦਾ ਲੈਣ ਗਈ ਆ ਬੱਚੇ ਦੇ ਵਾਸਤੇ ਪਜਾਮੀਆਂ ਲੈਣ ਗਈ ਕੱਪੜੇ ਲੈਣ ਗਈ ਆ ਬੱਚੇ ਵਾਸਤੇ ਇਹ ਗਈਆਂ ਬੱਚੇ ਇਕੱਠੀਆਂ ਇਹ ਭਾਜੀ 10-11 ਵਜੇ ਤੋਂ ਗਈ ਮੁੜ ਕੇ ਇਹ ਘਰ ਨਹੀਂ ਆਈ ਮਸਲਾ ਮੇਰੀ ਨੋ ਆ ਜੀ ਇਹ ਪਤਾ ਨਹੀਂ ਆਪਣੇ ਜਿਹੜਾ ਕਰਮਜੀਤ ਆਪਣੇ ਲੜਕਾ ਕੱਢ ਕੇ ਲੈ ਗਿਆ ਪੁਲਿਸ ਜਾਂਦੀ ਆ ਪੈਸੇ ਲੈ ਕੇ ਆ ਦਿੰਦੀ ਆ ਜੀ ਤੇ ਇਹ ਧੱਕੇਸ਼ਾਹੀ ਨਾਲ ਲੈ ਗਏ ਮੇਰੀ ਧੀ ਨੂੰ ਮੇਰੀ ਧੀ ਨੇ ਘਰੋਂ ਕੁਛ ਨਹੀਂ ਖੜਿਆ ਉਹਦਾ ਆਉਣ ਜਾਣ ਵੀ ਹੋ ਗਿਆ ਸਾਡੇ ਘਰ ਆਉਣ ਜਾਣ ਹੋ ਗਿਆ ਸੀ ਤੇ ਸ਼ੱਕ ਸਾਨੂੰ ਤਾਂ ਪਿਆ ਉਹਦੇ ਡੈਡੀ ਦੀਆਂ ਰਿਕਾਰਡਿੰਗਾਂ ਉਹਨੇ ਕੁੜੀ ਨੇ ਰਾਤੀ ਪਤਾ ਨਹੀਂ ਤੇ ਰਿਕਾਰਡਿੰਗਾਂ ਉਹਨਾਂ ਦੀਆਂ ਸੁਣੀਆਂ ਫਿਰ ਅਸੀਂ ਭੱਜੇ ਹਾਂ ਤੇ ਸਾਡੀ ਇਹ ਪੁਲਿਸ ਵਾਲੇ ਜਿਹੜੇ ਸੁਣ ਨਹੀਂ ਡਏ ਸੀ ਜਵਾਈ ਮੇਰਾ ਦੁਬਈ ਦੇ ਵਿੱਚ ਆ ਘਰ ਵਾਲਾ ਮੇਰਾ ਸਾਊਦੀ ਅਰਬ ਦੇ ਵਿੱਚ ਆ ਮੈਂ ਅੱਜ ਆ ਵੇਖੋ 6 ਦਿਨ ਹੋ ਗਏ ਆ ਨਾਤੀ ਨੂੰ ਮੈਨੂੰ ਤਾਂ ਧੱਕੇ ਖਾਂਦੀ ਫਿਰਦੀ ਨਾ ਮੈਂ ਰੋਟੀ ਦੀ ਮੂੰਹ 'ਚ ਬੁਰਕੀ ਪਾਈ ਰਿਕਾਰਡਿੰਗਾਂ ਉਹਨੇ ਬਕਾਇਦਾ ਕੁੜੀ ਨੇ ਰਿਕਾਰਡਿੰਗਾਂ ਆਪਣੇ ਪਿਤਾ ਜੀ ਨੂੰ ਪਾਈਆਂ ਉਹ ਰਿਕਾਰਡਿੰਗਾਂ ਸਾਡੇ ਤੱਕ ਉਹਨਾਂ ਦੇ ਪਿਤਾ ਜੀ ਨੇ ਪਹੁੰਚਾਈਆਂ ਅਤੇ ਉਹ ਬੱਚੀ ਨਾਲ ਇੰਨਾ ਕੁ ਧੱਕਾ ਹੋ ਰਿਹਾ ਵਾ ਵੀ ਬਹੁਤ ਹੀ ਜ਼ਿਆਦਾ ਮੇਰੀ ਨੋਚ ਤੋਂ ਘਰੋਂ ਸੌਦਾ ਲੈਣ ਗਈ ਆ ਬੱਚੇ ਦੇ ਵਾਸਤੇ ਪਜਾਮੀਆਂ ਲੈਣ ਗਈ ਕੱਪੜੇ ਲੈਣ ਗਈ ਆ ਬੱਚੇ ਵਾਸਤੇ ਗਈਆਂ ਦਰਾਣੀ ਜਠਾਣੀ ਆ ਆਪੋ ਆਪਣੇ ਕੰਮਾਂ ਨੂੰ ਹੁਣ ਮੈਂ ਆਪਣੇ ਕੰਮ ਜਾਣਾ ਇਹਨੇ ਆਪਣੇ ਕੰਮ ਜਾਣਾ ਇਹ ਗਈਆਂ ਬੱਸੇ ਇਕੱਠੀਆਂ ਉਹ ਆਪਣੇ ਕਰਿਆਨੇ ਦਾ ਸੌਦਾ ਘਰ ਲੈ ਕੇ ਆ ਗਈ ਆ ਇਹ ਭਾਜੀ 10-11 ਵਜੇ ਤੋਂ ਗਈ ਮੁੜ ਕੇ ਇਹ ਘਰ ਨਹੀਂ ਆਈ ਤੇ ਇਹ ਧੱਕੇਸ਼ਾਹੀ ਨਾਲ ਲੈ ਗਏ ਮੇਰੀ ਧੀ ਨੂੰ ਮੇਰੀ ਧੀ ਨੇ ਘਰੋਂ ਕੁਛ ਨਹੀਂ ਖੜਿਆ ਹਾਂਜੀ ਭਾਜੀ ਉਹਦਾ ਫੋਨ ਬੰਦ ਆਉਂਦਾ ਉਹਦਾ ਆਉਣ ਜਾਣ ਵੀ ਹੋ ਗਿਆ ਸਾਡੇ ਘਰ ਆਉਣ ਜਾਣ ਹੋ ਗਿਆ ਸੀ ਤੇ ਸ਼ੱਕ ਸਾਨੂੰ ਤਾਂ ਪਿਆ ਕੀ ਮੰਗ ਤੁਹਾਡੀ ਸਾਡੀ ਮੰਗ ਆ ਵੀ ਸਾਡੀ ਨੂੰਹ ਜਿਹੜੀ ਆ ਸਾਡੇ ਘਰ ਆ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹ ਦਿੱਤੀ ਜਾਵੇ ਵੀ ਜਿਹੜੀ ਯਾਦ ਕਰ ਮੈਂ ਗੁੜੀਆ ਦੀ ਮਾਂ ਵਾਂ ਮੇਰੀ ਗੁੜੀਆ ਕਿਡਨੈਪ ਹੋਈ ਆ ਅੱਜ 6 ਦਿਨ ਮੇਰੀ ਗੁੜੀਆ ਪੁਰਾਣੇ ਪਿੰਡ ਵਿਆਹੀ ਆ ਤੇ ਮੇਰੀ ਗੁੜੀਆ ਕੱਪੜੇ ਲੈਣ ਗਈ ਆ ਬਸ ਉੱਥੋਂ ਗੁੜੀਆ ਜਿਹੜੀ ਆ ਕਿਡਨੈਪ ਕੀਤੀ ਗਈ ਆ ਤੇ ਆਪਣੇ ਪਰਿਵਾਰ ਬੱਚਾ ਛੋਟਾ ਜਿਹਾ ਤਰਲੇ ਲੈਣ ਡਿਆ ਰੋਣ ਡਿਆ ਉਹਦੇ ਡੈਡੀ ਦੀਆਂ ਰਿਕਾਰਡਿੰਗਾਂ ਉਹਨੇ ਕੁੜੀ ਨੇ ਰਾਤੀ ਪਤਾ ਨਹੀਂ ਪਾਈਆਂ ਵਾ ਕਿੱਥੋਂ ਵਿਚਾਰੇ ਨੇ ਕਿੱਦਾਂ ਕਰਕੇ ਉਹਨੂੰ ਸਾਨੂੰ ਪਾਈਆਂ ਵਾ ਫੋਨਾਂ ਤੇ ਅਸੀਂ ਜੋੜ ਕੇ ਫੋਨ ਤੇ ਰਿਕਾਰਡਿੰਗਾਂ ਉਹਨਾਂ ਦੀਆਂ ਸੁਣੀਆਂ ਫਿਰ ਅਸੀਂ ਭੱਜੇ ਹਾਂ ਤੇ ਸਾਡੀ ਇਹ ਪੁਲਿਸ ਵਾਲੇ ਜਿਹੜੇ ਸੁਣ ਨਹੀਂ ਡਏ 6 ਦਿਨ ਹੋ ਗਏ ਰੋਜ਼ ਥਾਣੇ ਉਹਨਾਂ ਦੇ ਘਰ ਜਾਂਦੇ ਪੈਸੇ ਲੈ ਕੇ ਆ ਜਾਂਦੇ ਆ ਤੇ ਸਾਡੀ ਕੁਝ ਨਹੀਂ ਸੁਣਦੇ ਨਹੀਂ ਜੀ ਨਹੀਂ ਮੁੰਡੇ ਦੀ ਮਾਂ ਨੂੰ ਵੀ ਲਿਆਂਦਾ ਸੀ ਫਿਰ ਛੱਡ ਦਿੰਦੇ ਜੀ ਪਿਓ ਨੂੰ ਵੀ ਲਿਆਂਦਾ ਤੇ ਭੈਣਾਂ ਨੂੰ ਵੀ ਪਤਾ ਜੀ ਭੈਣਾਂ ਨੂੰ ਵੀ ਪਤਾ ਰੋਟੀ ਵੀ ਦੇ ਕੇ ਆਉਣ ਡਈਆਂ ਜਿੱਥੇ ਵੀ ਜਾਂਦੇ ਆ ਫਿਰ ਉਹਨਾਂ ਨੂੰ ਮਗਰ ਸਾਰੀ ਸਪੋਰਟ ਮਗਰ ਪਹੁੰਚਾਉਣ ਡਈਆਂ ਜੀ ਅਸੀਂ ਬੜੇ ਔਖੇ ਹਾਂ ਮੇਰੀ ਬੇਨਤੀ ਹੈ ਉਹ ਮੇਰੀ ਧੀ ਵੀ ਨਹੀਂ ਚਾਹੀਦੀ ਜੇ ਮੈਨੂੰ ਹੋਰ ਕੱਖ ਨਹੀਂ ਚਾਹੀਦਾ ਮੇਰੇ ਸਾਹਮਣੇ ਇਹਨਾਂ ਨੂੰ ਕੋ ਕਰੇ ਮੇਰੀ ਗੁੜੀਆ ਇਹ ਮੇਰੇ ਮਤਲਬ ਉਨੀ ਨਹੀਂ ਮੈਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆਉਣ ਡਈ ਨਾ ਮੈਨੂੰ ਕੋਈ ਪਤਾ ਲੱਗਦਾ ਨਾ ਮੈਨੂੰ ਸੋਰਨ ਮੈਂ ਇਕੱਲੀ ਜਨਾਨੀ ਮੇਰਾ ਘਰ ਵਾਲਾ ਬਾਹਰ ਮੇਰਾ ਜਵਾਈ ਬਾਹਰ ਇਸ ਵਕਤ ਜਵਾਈ ਮੇਰਾ ਬਾਹਰ ਬੈਠਾ ਜਵਾਈ ਮੇਰਾ ਦੁਬਈ ਦੇ ਵਿੱਚ ਆ ਘਰ ਵਾਲਾ ਮੇਰਾ ਸਾਊਦੀ ਅਰਬ ਦੇ ਵਿੱਚ ਆ ਮੈਂ ਅੱਜ ਆ ਵੇਖੋ 6 ਦਿਨ ਹੋ ਗਏ ਆ ਨਾਤੀ ਨੂੰ ਮੈਨੂੰ ਤਾਂ ਧੱਕੇ ਖਾਂਦੀ ਫਿਰਦੀ ਨਾ ਮੈਂ ਰੋਟੀ ਦੀ ਮੂੰਹ 'ਚ ਬੁਰਕੀ ਪਾਈ ਇੱਕੋ ਕਾਕਾ 2.5 ਸਾਲਾਂ ਕਹਿੰਦੇ ਮੈਂ ਪੈਸੇ ਦੇਣ ਜੋਗੀ ਨਹੀਂ ਮੈਂ ਗਰੀਬਣੀ ਜੇ ਅਸੀਂ ਗਰੀਬੀ ਮੈਂ ਪੈਸੇ ਨਹੀਂ ਦੇਣ ਜੋਗੀ ਮੈਂ ਦਿਹਾੜੀ ਕਰਦੀ ਹਾਂ ਮੈਂ ਕੋਈ ਕੰਮ ਧੰਦਾ ਨਹੀਂ ਮੇਰਾ ਕੋਈ ਨੌਕਰੀ ਨਹੀਂ ਮੇਰੇ ਘਰ ਵਾਲੇ ਨੂੰ ਅਜੇ ਮਹੀਨਾ ਹੀ ਹੋਇਆ ਗਏ ਦਾ ਸਰਪੰਚ ਇਹਨਾਂ ਨੂੰ ਅਸੀਂ ਪਹਿਲਾਂ ਤੇ ਮੁੰਡੇ ਦੇ ਮਾਂ ਪਿਓ ਨੂੰ ਤੇ ਭਰਾ ਨੂੰ ਲਿਆਂਦਾ ਸੀ ਤੇ ਉਹ ਉਸ ਦਿਨ ਛੁਡਾ ਕੇ ਲਿਆ ਗਿਆ ਬਾਅਦ ਵਿੱਚ ਉਹਨਾਂ ਕਿਤੇ ਪਹੁੰਚਾਇਆ ਤੱਕ ਨਹੀਂ ਉਹਨਾਂ ਦੀ ਪੂਰੀ ਸੁਣਵਾਈ ਹੋਣ ਡਈ ਆ ਉਹ ਸਾਡੀ ਬੱਚੀ ਨੂੰ ਵੀ ਨਹੀਂ ਦੇ ਰਹੇ ਉਹ ਬੱਚੀ ਨੇ ਧੱਕਾ ਹੋ ਰਿਹਾ ਰਿਕਾਰਡਿੰਗਾਂ ਉਹਨੇ ਬਕਾਇਦਾ ਕੁੜੀ ਨੇ ਰਿਕਾਰਡਿੰਗਾਂ ਆਪਣੇ ਪਿਤਾ ਜੀ ਨੂੰ ਪਾਈਆਂ ਉਹ ਰਿਕਾਰਡਿੰਗਾਂ ਸਾਡੇ ਤੱਕ ਉਹਨਾਂ ਦੇ ਪਿਤਾ ਜੀ ਨੇ ਪਹੁੰਚਾਈਆਂ ਅਤੇ ਉਹ ਬੱਚੀ ਨਾਲ ਇੰਨਾ ਕੁ ਧੱਕਾ ਹੋ ਰਿਹਾ ਵਾ ਵੀ ਬਹੁਤ ਹੀ ਜ਼ਿਆਦਾ ਉਹ ਜੋ ਕਹਿ ਰਹੀ ਆ ਕਿ ਮੇਰੇ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਆ ਪਰ ਜੋ ਪ੍ਰਸ਼ਾਸਨ ਆ ਉਹਨਾਂ ਦੇ ਸਿਰ 'ਤੇ ਕੋਈ ਜੂਨ ਨਹੀਂ ਸਰਕ ਰਹੀ ਕੋਈ ਉਹਨਾਂ ਨੂੰ ਕੋਈ ਚਿੱਤ ਨਹੀਂ ਕੋਈ ਖਿਆਲ ਨਹੀਂ ਉਹ ਆਪਣੇ ਹੀ ਪਾਸਾ ਵੱਟ ਕੇ ਚਲੇ ਜਾਂਦੇ 100-150 ਬੰਦਾ ਆ ਜਾਂਦਾ ਚੱਲ ਜਾਂਦਾ ਆ ਚੱਲ ਚੱਲ ਜਾਂਦਾ ਉਹਨਾਂ ਨੂੰ ਕੋਈ ਸੁਣਵਾਈ ਨਹੀਂ ਹਰਦੀਪ ਸਿੰਘ ASI ਜੋ ਸਾਡੇ ਨਾਲ ਵੀ ਮਤਲਬ ਨਹੀਂ ਕਿਸੇ ਤਰੀਕੇ ਨਾਲ ਗੱਲ ਕਰ ਰਹੇ ਉਹ ਬਸ ਉਹ ਕਹਿ ਰਹੇ ਕਿ ਅਸੀਂ ਕਰਦੇ ਕਰਦਿਆਂ ਕਰਦਿਆਂ ਅੱਜ 6 ਦਿਨ ਹੋ ਗਏ ਆ
जो कि किसी भी कोई भी सुनवाई नहीं हुई, जो कि आ आम पार्टी ने मतलब आम पार्टी वेखो जी आ चीज दसन डी है सानू कि असी कर रहे हैं, कोई चंगयाई थोड़ी आ। एक किसी की धी गई हो ते दूसरा उन्होंने उन्होंने कोई सुनवाई ना हो, जो मुंडियाले उन्होंने सुनवाई हर चीज़ की होन डी है, ये कोई गल नहीं हैगी। पर असी बेनती करते हैं भी साड़ी जिहड़ी बेटी आ वो सानू दिती जावे, तो जो उन्होंने बनती कार्रवाई करवाई जाए, जो उन्होंने बढ़ती उन्होंने परिवार को जिनी सख्त तो सख्त सज़ा दी जाए, जिन्ना तक बेटा वो जिहड़ा लड़का वा तो साडी लड़की नहीं इत्थे सानू पहुँचाई जाती, तो उन्होंने परिवार को सारे इत्थे चुक के तो लिया जाए, उन्होंने तफदीस की जाए कि वो कित्थे आ, उन्होंने हर चीज़ का पता है। मेरा नाम जसपाल सिंह। हाँ जी, की मसला की हुंदा? मसला मेरी मेरी नूँह आ जी। की गल है? पता नहीं अपने जरा करमजीत अपने लड़का कट के लै गया, जसवीर सिंह सरपंच पुराने पिंड अपने के सारी सपोर्ट कराने सैरीकल्चर के साथ तां नहीं पुलिस सा कुछ भी कर करने दिन हो गया 6 दिन हो गया जी। पुलिस आँदी है पैसे लैके आ दें जी। मैं उसे कुर्सी डा के बैठा, मैं बीमार हाँ, हो दिन हो वेखो मेरे को मेरा खून कट गया। जबरदस्ती है? एक बच्चा एड्डा बेचारा रोन दिया छोटा जा। अच्छा, मंग यो करते हैं भी साडे प्रशासन सुने नूं लगदी लगे तो लड़की की कहनी जो कि 25 साल की उम्र है, एक बेटा आ वो घरों गई थी कपड़े लैन वास्ते तो आई नहीं वापस। इन्होंने दरखास्त दी थी वह तस्दीक किया नंबर कार्ड डिटेल के आधार के उत्ते, पर कोई अजे तक सू प्रॉपर एड्रैस नहीं लगा। तो जो भी स्टेटमेंट इन्होंने टाइम लिया साढ़े को दो दिन का एक बार इन्होंने साढ़े को टाइम लिया वर्क भी असं लभ रहे हैं, पर लड़के तो लड़की के परिवार के नाल लड़के दो लभ रहे हैं, पर इन्होंने हम साढ़े को ये कि जो स्टेटमेंट सारे को कर रही होती है। मुलाजम गए वापस आ गए मसला अगो मिलया नहीं जिन्होंने लैन वास्ते गए घर नहीं मिले पैसों के कहें पैसे ले लें मुलाजम मुलाजम जवाब दे सकते मैं नहीं मिलते की पर्चा की कट रहे हो जो स्टेटमेंट के मुताबिक जो कर किन्ने जाने कट